हाय हैलो, मैं जरनैल सिंह हंधावा रियल लाइफ जर्नी ਤੋਂ। ਅੱਜ ਆਪਾਂ ਬਣਾਵਾਂਗੇ ਐਲੋਵੇਰਾ ਦਾ ਜੂਸ। ਇਹ ਮੇਰੀ ਥੋੜੀ ਛੋਟੀ ਜਿਹੀ ਬਾਗਬਾਨੀ ਹੈ। ਇਹ ਲਗਾ ਰੱਖੇ ਆਪਣੇ ਪੋਟੈਟੋ ਆਲੂ। ਇਹ ਅੱਜ ਕੱਲ੍ਹ ਧੁੱਪ ਘੱਟ ਆਉਂਦੀ ਉਹਦੇ ਕਰਕੇ ਫਰਕ ਪੈਂਦਾ। ਇਹ ਹੁਣ ਇੱਧਰ ਕੱਟਾਂਗੇ ਆਪਾਂ ਐਲੋਵੇਰਾ। ਉਧਰ ਲਗਵਾਈਏ ਮੇਥੀ। ਇਹ ਆਪਣੇ ਐਲੋਵੇਰਾ। ਐਲੋਵੇਰੇ ਦੇ ਆਪਾਂ ਚਾਰ ਸਟਿੱਕਾਂ ਲਾਂਗੇ। ਤਿੰਨ ਅਤੇ ਇੱਕ, ਚਾਰ ਸਟਿੱਕ ਲੈਣੇ ਆਪਾਂ। ਇਹਦੇ ਬਣਾਵਾਂਗੇ ਐਲੋਵੇਰਾ ਦਾ ਜੂਸ। ਜੂਸ ਦੇ ਫਾਇਦੇ ਬਹੁਤ ਨੇ, ਉਹਦੇ ਬਾਰੇ ਤੁਹਾਨੂੰ ਅੰਦਰ ਜਾਣਕਾਰੀ ਦਿੰਦੇ ਹਾਂ। ਇਹ ਪਾਵਾਂਗੇ ਇੱਕ ਗੁਲਾਬ ਦਾ ਫੁੱਲ ਐਲੋਵੇਰਾ ਦੇ ਜੂਸ 'ਚ। ਇਹ ਵੀ ਗਲੋ ਨੂੰ ਸਾਫ਼ ਕਰਦਾ, ਬਹੁਤ ਵਧੀਆ। ਇਹ ਆਪਣੇ ਘਰ ਦੇ ਲਗਾਏ ਹੋਏ ਆ, ਦੇਖ ਕਿੰਨੇ ਪਿਆਰੇ ਲੱਗਦੇ ਆ। ਇੱਧਰ ਇਹ ਦੇਖੋ ਜੀ, ਹੁਣ ਆਪਾਂ ਇਹਨਾਂ ਕੱਟ ਕੇ ਲਿਆਏ ਸੀਗੇ, ਹੁਣ ਇਹਨੂੰ ਆਪਾਂ ਧੋ ਦੇਣਾ ਸਾਫ਼ ਪਾਣੀ 'ਚ, ਤਾਂ ਕਿ ਡਸਟ ਵਗੈਰਾ ਜਾਂ ਇਹਦੀ ਜੈਲ ਜੀ ਨਿਕਲਦੀ, ਆਪਾਂ ਗਲਾਸ 'ਚ ਪੁੱਠਾ ਕਰਕੇ ਲਟਕਾ ਦੇਣਾ। ਇਹਦੀ ਜਿਹੜੀ ਜੈਲ ਜੀ ਨਿਕਲ ਜੂਗੀ, ਇਹਦੇ ਕੌੜਾਪਣ ਹੁੰਦਾ ਬਹੁਤ ਜ਼ਿਆਦਾ। ਇਹਦੇ ਕਰਕੇ ਜੂਸ ਪੀਂਦਾ ਹਰ ਕੋਈ ਬੰਦਾ ਪੀ ਨਹੀਂ ਸਕਦਾ। ਬਿਮਾਰ ਬੰਦਾ ਤਾਂ ਚਲੋ ਕਹਿੰਦਾ ਚਲੋ ਮੇਰੀ ਬਿਮਾਰੀ ਠੀਕ ਹੋ ਜੂਗੀ। ਦੇਖੋ ਕਿੰਨੀ ਜੈਲ ਜੀ ਨਿਕਲਦੀ ਹੈ, ਜੈਲ 'ਚ ਕੌੜਾਪਣ ਹੈ। ਹੁਣ ਕੌੜਾਪਣ ਇਹ ਤਾਂ ਬਿਲਕੁਲ ਘੱਟ ਜੂਗਾ। ਇਹ ਦੇਖੋ ਕਿੰਨੀ ਜੈਲ ਨਿਕਲੀ ਹੈ, ਇਹ ਜੈਲ ਨੂੰ ਆਪਾਂ ਧੋ ਲੈਣਾ। ਇਹ ਕੌੜਾਪਣ ਜਮ੍ਹਾਂ ਹੀ ਖਤਮ ਹੋ ਜੂਗਾ। ਇੱਕ ਇਹ ਜਿਹੜੇ ਇਹ ਦੇਖ ਲਓ ਜੀ, ਆਪਾਂ ਕੱਟ ਕਰ ਰਹੇ ਹਾਂ ਐਲੋਵੇਰਾ, ਧੋ ਕੇ ਲਏ ਹਾਂ। ਹੁਣ ਇਹ ਜੈਲ ਜੀ, ਇਹ ਯੈਲੋ ਰੰਗ ਦਾ ਪੀਲਾ ਰੰਗ ਨੀਚੇ ਆ ਗਿਆ, ਇਹ ਕੌੜਾਪਣ ਹੁੰਦਾ। ਇਹ ਆਪਣੇ ਨਿੰਬੂ, ਆਪਣੇ ਨਿੰਬੂ ਲਗਾਏ ਹੋਏ ਆ। ਇਹ ਨਿੰਬੂ ਵੈਸੇ ਕੱਚੇ ਆ, ਮਗਰ ਰਸ ਬਹੁਤ ਹੈ, ਪਤਲੀ ਸੇ ਹੈ। ਆਪਣਾ ਤੁਸੀਂ ਜੇ ਇੱਕ ਗਲਾਸ ਬਣਾਉਣਾ ਤਾਂ ਇੱਕ ਨਿੰਬੂ, ਦੋ ਬਣਾ ਦੋ, ਤਿੰਨ ਬਣਾ ਤਿੰਨ, ਤੁਹਾਡੇ ਪਰ ਡਿਪੈਂਡ ਕਰਦਾ ਜਿੰਨੇ ਬੰਦੇ ਪੀਣ ਹੋਣ। ਅਸੀਂ ਤਾਂ ਚਲੋ ਤੁਹਾਨੂੰ ਦਿਖਾਉਣ ਲਈ ਇੱਕ ਗਲਾਸ ਹੀ ਬਣਾਉਣਾ। ਜੇ ਤੁਹਾਡੇ ਕੋਲ ਗੁਲਾਬ ਮਿਲ ਜਾਂਦਾ, ਤੁਹਾਡੇ ਬਾਹਰ ਲੱਗੇ ਆ, ਤਾਂ ਸਭ ਕੁਝ ਵਧੀਆ। ਸਾਡੇ ਕੋਲ ਤਾਂ ਲੱਗਿਆ ਗੁਲਾਬ ਵੀ ਚਿਹਰੇ ਪਰ ਗਲੋ ਲਿਆਉਂਦਾ। ਔਰ ਇਹ ਤਾਂ ਜਿਹੜੇ ਪਿੰਪਲਸ ਵਗੈਰਾ, ਕਈ ਕੁੜੀਆਂ ਬੇਟੀਆਂ ਨੂੰ ਦੇਖਿਆ ਵੀ ਪਿੰਪਲਸ ਬਹੁਤ ਹੁੰਦੇ ਆ, ਫਿੰਸੀਆਂ, ਕਈ ਦਵਾਈਆਂ ਇਲਾਜ ਕਰਦੇ ਆ, ਮਗਰ ਉਹਦਾ ਕੋਈ ਇਲਾਜ ਨਹੀਂ ਹੁੰਦਾ। ਹੁਣ ਆਪਾਂ ਇਹਨੂੰ ਕੱਟ ਲੈਣਾ, ਇੱਧਰੋਂ ਇਹ ਉੱਪਰ ਦਾ ਸਿਰ 'ਤੇ ਚੱਕ ਲੈਣਾ। ਇਹ ਚੱਕਤੇ ਹੁਣ ਤੁਹਾਡੇ ਕੋਲ ਕੋਈ ਚਮਚ ਵਗੈਰਾ ਉਹ ਲੈ ਸਕਦੇ ਹੋ। ਜੈਲ ਜੀ ਕੱਢ ਦੇਣੇ ਆਪਣਾ। ਇਹ ਕੱਚੀ ਹੈ ਨਾ, ਬਿਲਕੁਲ ਨਰਮ ਨਰਮ ਹੈ, ਜਿੰਨੀ ਫਰੈਸ਼ ਕੋਲੀ ਹੋਏਗੀ ਉਨੇ ਵਧੀਆ ਬਣੂਗਾ। ਨੀਚੇ ਰੱਖ ਕੇ ਵੀ ਕਰ ਸਕਦੇ ਹੋ ਸਾਫ਼, ਜਿੱਦਾਂ ਤੁਹਾਨੂੰ ਈਜ਼ੀ ਲੱਗਦਾ, ਬਹੁਤ ਵਧੀਆ ਬਣਦਾ। ਤੁਸੀਂ ਇੱਕ ਬੰਦੇ ਦੇ ਹਿਸਾਬ ਨਾਲ ਇੱਕ ਸਟਿੱਕ ਲੈ ਸਕਦੇ ਹੋ। ਆਪਾਂ ਤਿੰਨ ਵਾਲੀਆਂ ਸਟਿੱਕਾਂ ਪਤਲੀਆਂ ਸੀਗੀਆਂ, ਇਸ ਲਈ ਆਪਾਂ ਵੱਧ ਲੈ ਲਈਆਂ ਸੀਗੀਆਂ। ਜੈਲ ਇਹਦੇ ਨਾਲ ਉਤਾਰ ਲਈਏ ਸਾਰੀ, ਜਿਹੜੀ ਰਹਿ ਵੀ ਜਾਂਦੀ ਆ ਤੁਹਾਡੀ ਸਕਿਨ ਦੇ ਉੱਪਰ, ਤੁਸੀਂ ਲਗਾ ਸਕਦੇ ਕਿਸੇ ਪਾਸੇ ਵੀ ਇਹਦੇ ਨਾਲ, ਤੁਹਾਡੀ ਸਕਿਨ ਵੀ ਨਰਮ ਹੋ ਜਾਏਗੀ, ਡਬਲ ਫਾਇਦੇ ਹੋ ਜਾਂਦੇ ਆ। ਇਹ ਤੁਸੀਂ ਫੇਸ ਪਰ ਵੀ ਲਗਾ ਸਕਦੇ ਹੋ, ਫੇਸ ਤਾਂ ਵੈਸੇ ਤਿਆਰ ਹੋਇਆ, ਲਗਾ ਨਹੀਂ ਸਕਦਾ। ਔਰ ਇਹ ਆਪਣੇ ਤਿਆਰ ਹੋ ਗਈ ਆ, ਇਹ ਆਪਣੇ ਵੇਸਟ 'ਚ ਚੱਕ ਦੇਣੀ ਆ। ਹੁਣ ਇਹਦਾ ਆਪਾਂ ਬਣਾਉਣਾ ਜੂਸ। ਇਹਨੂੰ ਕਰ ਦਾਂਗੇ ਆਪਾਂ ਚੇਂਜ, ਇਹ ਜਿਹੜੀ ਜੈਲ ਨਿਕਲੀ ਆ ਇਹ ਆਪਾਂ ਕਿਸੇ ਬਲੈਂਡਰ ਜਾਂ ਜੱਗ 'ਚ ਪਾ ਕੇ ਤਿਆਰ ਕਰ ਸਕਦੇ ਤੁਸੀਂ। ਇੱਕ ਫੁੱਲ ਗੁਲਾਬ ਦਾ, ਇਹ ਆਪਣੇ ਇੱਕ ਲੈਮਨ, ਇਹ ਵੀ ਨਾਲ ਹੀ ਆਪਾਂ ਕਰ ਲੈਣਾ। ਨਾਲ ਹੀ ਆਪਾਂ ਨਮਕ ਪਾ ਦੇਣਾ ਇਹਦੇ 'ਚ, ਇੱਕ ਕਾਲਾ ਨਮਕ ਹੈ, ਜੀਰਾ ਮਿਕਸ ਹੈ,
नमक अपने स्वाद अनुसार कोई कट कोई तेज़ खाता नमक के नाल इहदा कौड़ापन दूर हो जाता। आपां पाएंगे हुण थोड़ा जिहा पानी ताकि चंगी तरह ब्लेंड हो जाऊगा और पानी आपां पाएंगे बाद च। फिर तैयार हो गया हुण आपां इहनूं ब्लेंड कर देना। ये अपन जिन्ना पानी बनाना आप एक गिलास बनाना, एक गिलास आप पा लेना एलोवेरा पहला आप ब्लेंड कर लिया। ये अपना तैयार हो गया हुण आप इहनूं पुण लेना। पत्तियां दा जूस निकल गया, तुसीं पत्ती पाने जिहदे उपर पा सकते हो। देखो जी एलोवेरा का जूस कितना जबरदस्त बनया। देखो जी अपना एलोवेरा का जूस तैयार हो गया। मैनू बड़ा अफसोस है, मैं कई दिनों बाद वीडियो पा रहा, मेरी वाइफ ही लगी हुई सी बैंगन का पड़ता सब्जियां जिहड़ी भी पा रही सी। हुण मैं अपनी मर्जी दे नाल, मेरा मूड सीगा पहले मैं आउट ऑफ स्टेशन रहा, कुछ मेरी तबीयत भी ढिली सी, हुण मैं वेला हो गया आया सीगा तो कहिंदे वी तुसीं वीडियो पानी है, मैं चलो पा दिंदे आ भाई। ये हुण एलोवेरा की वीडियो तैयार की, तुहानू पी के देख के दसदे आ भी टेस्ट इहदा किदां दा। आहा बिल्कुल नज़ारे वाला, काला नमक जरूर पा लियो। उदा इन्ना इहदे नाल ते ग्लो साफ हो गया, एक ब्लड साफ हो गया, एक ब्लड सर्कुलेशन वधेगा, तुहानूं कोई बीमारी नहीं रहेगी, गोडिआं दे दर्दां घुटड़े सब दूर ठीक हो जांदे। इहदे नाल एक गिलास बना के डेली पीओगे बीमारी तुहाडे नेड़े नहीं आउगी। चलो हफ्ते च तुसीं दो बार भी पी लो ते इहदा नज़ारा ही बहुत है। चाह दी जगह इहनूं इस्तेमाल करो। जे मेरी वीडियो वधिया और अच्छी लगे शेयर और लाइक और सबसक्राइब जरूर कर दिओ। बहुत बहुत मेहरबानी, सत श्री अकाल।